ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ 6 ਮੋਬਾਈਲ ਫੋਨ ਸਨੇ ਚੋੜ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ ਇੱਕ ਫਰਾਰ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਸਟਾਫ ਰਿਪੋਰਟ ਦੋ ਕਵਰ ਸਾਹਮਣੇ ਆਈ ਹੈ ਫਰੋਜ਼ਪੁਰ ਸੀਆਈ ਸਟਾਫ ਫਰੋਜ਼ਪੁਰ ਦੀ ਪੁਲਿਸ ਨੇ ਘਰ ਸੇ ਚੈਕਿੰਗ ਦੌਰਾਨ ਚੋਰੀ ਦੇ 6 ਮੋਬਾਈਲ ਫੋਨਸ ਸਮੇਤ ਚੋਰ ਗਿਰੋਹ ਦੇ 3 ਮੈਂਬਰਾਂ ਖਿਲਾਫ ਮਾਮਲਾ ਦਰਜ ਕਰਕੇ ਦੋਨ ਗ੍ਰਿਫਟਾਰ ਕੀਤਾ ਹੈ ਜਦ ਤੀ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਜੀਰਾਗੇਟ ਸਿਟੀ ਫਰੋਜ਼ਪੁਰ ਵਿਖੇ ਮੌਜੂਦ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਕੀਤੀ ਕਿ ਦੋਸ਼ੀਆਂ ਸਾਗਰ ਉਰਫ rahul ਵਾਸੀ ਬਸਤੀ ਗੁਰੂਕਰਮ ਸਿੰਘ ਗੁਰਹਰ ਸਾਹਿਲ ਹਾਲ ਹੀਰਾ ਨਗਰ ਸਿਟੀ ਫਿਰੋਜ਼ਪੁਰ ਗੋਤਮ ਉਰਫ ਜੋਸਨ ਵਾਸੀ ਬਸਤੀ ਗੁਰੂਕਰਮ ਸਿੰਘ ਗੁਰਹਰ ਸਾਹਿਲ ਤੇ ਰਮਨ ਉਰਫ ਰਮਨੀ ਹੀਰਾ ਨਗਰ ਸਿਟੀ ਫਿਰੋਜ਼ਪੁਰ ਜੋ ਚੇਨੀਆਂ ਮੋਬਾਈਲ ਫੋਨ ਤੇ ਪਰਸ ਆਦਿ ਖੂਨ ਦੇ ਆਦਿ ਹਨ ਤੇ ਖੋਇਆ ਹੋਇਆ ਸਮਾਨ ਆਪਣੇ ਪਾਸ ਰੱਖ ਕੇ ਵੇਚਦਾ ਹੈ ਇਹ ਤਿੱਨੋ ਜਨੇ ਅੱਜ ਵੀ ਦਾਣਾ ਮੰਡੀ ਸਿਟੀ ਫਰੋਜ਼ਪੁਰ ਵਿੱਚ ਨੇਰੇ ਦਾ ਫਾਇਦਾ ਚੱਕ ਕੇ ਕਿਸੇ ਖੋ ਦੀ ਵਾਰਦਾਤ ਕਰਨ ਦੀ ਤਾਕ ਚ ਵਿਚ ਹਨ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਦੇ ਛਾਪੇ ਮਾਰੀ ਕਰਨ ਕੇ ਦੋਸ਼ੀ ਸਾਗਰ ਉਰਫ ਰਾਹੁਲ ਤੇ ਗੋਰ ਗੋਤਮ ਉਰਫ ਜੋਸਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ 6 ਮੋਬਾਈਲ ਫੋਨ ਮਾਰਕਾ ਵਿਖ ਵਖ ਕੰਪਨੀਆਂ ਦੇ ਬਰਾਮਦ ਕੀਤੇ ਗਏ ਤੇ ਨਾਲ ਹੀ ਨਾਲ ਪੁਲਿਸ ਨੇ ਤਲਾਹ ਕੀਤਾ ਹੈ ਕਿ ਆਪਣੇ ਆਪਣੇ ਮੋਬਾਈਲ ਫੋਨ ਬਜ਼ਾਰਾਂ ਦੇ ਵਿੱਚ ਨਾ ਚਲਾਓ ਕਿਉਂਕਿ ਕਿਸੇ ਦਾ ਕਦੋਂ ਵੀ ਕੋਈ ਨਹੀਂ ਪਤਾ ਲੱਗਦਾ ਕਿ ਕੋਈ ਕੋ ਦਾ ਮੋਬਾਈਲ ਫੋਨ ਖੋਕੇ ਤੇ ਚਲਾ ਜਾਵੇ ਤੇ ਨਾ ਹੀ ਰਾਸਤੇ ਵਿੱਚ ਆਉਂਦੇ ਜਾਂਦੇ ਤੁਸੀਂ ਆਪਣਾ ਮੋਬਾਈਲ ਫੋਨ ਚਲਾਓ ਕਿਉਂਕਿ ਰਸਤੇ ਦੇ ਵਿੱਚ ਵੀ ਇਹੋ ਜਿਹੇ ਬਹੁਤ ਹੀ ਕਰਨਾਵਾ ਵਰ ਪਰ ਜਾਂਦੇ ਨੇ ਤੇ ਬਹੁਤ ਹੀ ਜ਼ਿਆਦਾ ਜਾਣ ਦੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਇਸ ਲਈ ਆਪਣੀ ਸੇਫਟੀ ਤੋਂ ਦੇਖ ਖੁਦ ਦੇ ਹੱਥ ਚ ਹੀ ਹੈ ਤੇ ਖਬਰ ਨੂੰ ਲਾਸ